जा रही आया हवा च गेंद फील्डर मौजूद और एक बहुत बढ़िया कैच डुगरू टीम वालों बहुत बढ़िया प्रदर्शन चलता हो पांच विकेटां डिगियां हुई पांचवा झटका लगता है एक चार क्लब नूं ਤਬ ਯਾਦ ਹੈ ਕਿ ਦੋ ਤਿੰਨ ਬੈਨਰਾਂ ਤੇ ਮਾਰ ਲਓ ਪਤਾ ਚੱਲ ਜਾਏਗਾ ਇਹ ਨੈਟ ਤੇ ਪਿਆਰ ਹੋਗਾ ਸਰ ਹਾਂ ਹਾਂ ਸਾਰ ਤੇ ਆ ਰਹੇ ਨੇ ਕਿਹਦੇ ਨਾਮ ਤੇ ਪਾਓਗੇ ਡੋਟ ਡੋਟ ਕੰਪਨੀ ਵਾਲੀ ਭਾਈਓ ਪਹਿਲਾ ਕ੍ਰਿਕਟ ਟੂਰਨਾਮੈਂਟ 32 ਰਨਾਂ ਤੇ ਠੀਕ ਹੈ ਬਾਜੀ ਵਿਚਾਰ ਦਾ ਥੋੜਾ ਜਿਹਾ ਲੱਗ ਗਿਆ ਸਾਹਮਣੇ ਇੱਥੇ ਤੇ ਮੈਂ ਲਾ ਮਾਰ ਦਿੰਦਾ ਮੋਸਟੀ ਫਲੈਗ ਤੇ ਮਾਰੋ चार ओवर 33 रन होते हुए चौबी बोलना दे विच रिवर्स खेडन की कोशिश करना कमरे बहुत बढ़िया बोल तेई बोलना दे 27 रन चाहिए ने मैच पूरा इंटरेस्टिंग होया पाया लीड किया एक रन आता होया बहुत बढ़िया बैटिंग रन पूरा किया आपका स्टॉप करके मुदगी दी डॉट स्टाफ नु कहा जाता कि स्टेज को आ जाए मुदगी दे डॉट स्टाफ नु कहा जाता है कि स्टेज को आ जाए चार स्कोर एम्पायर सोमा द्वारा मुदगी टीम दे सारे मेंबर नु कहा जाता है डॉट कंपनी वाले नु कि स्टेज को आ जाए बॉल अगेन डॉट कढ़ाते हुए डॉट कढ़ा रहे ने डगरू की टीम फाइनल पहुंचने की पूरी कोशिश कर रही है एक साथ टीम भी पूरी जान लगा रही है फाइनल दे विच पहुंचने दे रही रिवर्स मारने की कोशिश ना काम रही पांच ओवर की समाप्ति दे 39 रन होते हुए एक सार क्लब दे कोई पानी पीना नहीं पता प्यादा इन्नू तो तेरे ओ नहीं इधर प्यादा आगे कहीं तो सी पानी पिया दे प्यासी पहुंच लो पड़ा ओ कहीं तो सी पहुंच लो पानी पानी पी लिया हां अब कहीं तो डोट कंपनी वालों पहला टूरनामेंट खुलसा रणधीर विखे ग्राउंड कराया जा रहा है कंपनी के डायरेक्टर साहब सर तरुण जी पहुंच चुके ने गेंद कर दी फिर कोई मैं
ਬਹੁਤ ਵਧੀਆ ਕੈਚ। ਬਾਉਂਡਰੀ ਤੋਂ ਭੱਜ ਕੇ ਆਉਂਦੇ ਹੋਏ ਦੀਪੂ ਜੀ ਨੇ ਕੈਚ ਕੀਤਾ, ਬਹੁਤ ਵਧੀਆ। ਬਹੁਤ ਮੁਸ਼ਕਿਲ ਸੀ ਕੈਚ ਕਰਨਾ, ਲੇਕਿਨ ਆਸਾਨ ਕਰ ਦਿੱਤਾ ਇਹਨਾਂ ਨੇ। ਸ਼ਾਟ ਖੇਡਿਆ ਬਾਉਂਡਰੀ ਤੱਕ ਜਾਂਦੀ ਹੋਈ ਗੇਂਦ, ਫੀਲਡਰ ਮੌਜੂਦ, ਫੀਲਡਰ ਅੱਗੇ ਹੋਇਆ, ਦੂਜਾ ਲੈਣ ਦੀ ਕੋਸ਼ਿਸ਼ ਕਰਨਾ, ਸਿੰਗਲ ਰਨ ਨਹੀਂ ਲੈਂਦੇ ਹੋਏ ਇੱਥੇ। ਪ੍ਰਦਰਸ਼ਨ ਕਰ ਰਹੀ ਹੈ ਫਾਈਨਲ ਤੇ ਮੈਚ ਜਿੱਤਣ ਦੇ ਨਜ਼ਦੀਕ। ਟੀਮ ਨੂੰ ਪੂਰਾ ਭਰੋਸਾ ਹੋ ਚੁੱਕਿਆ ਕਿ ਫਾਈਨਲ ਦੇ ਵਿੱਚ ਪਹੁੰਚ ਜਾਵਾਂਗੇ। ਬਹੁਤ ਵਧੀਆ ਪ੍ਰਦਰਸ਼ਨ ਕੀਤਾ ਇਹਨਾਂ ਨੇ ਸ਼ੁਰੂ ਤੋਂ ਲੈ ਕੇ ਸੈਮੀਫਾਈਨਲ ਤੱਕ। ਬਹੁਤ ਵਧੀਆ ਸ਼ੋਟ, ਫੀਲਡਰ ਮੌਜੂਦ, ਸਿੰਗਲ ਰਨ ਲੈਂਦੇ ਹੋਏ ਮੋਨੂ ਜੀ, ਖਾਤਾ ਖੋਲਿਆ ਇੱਕ ਰਨ ਭੱਜ ਕੇ ਲੈਂਦੇ ਹੋਏ। ਪਲੇਟ ਕੀਤਾ ਇੱਕ ਰਨ ਨੇ ਭੱਜੇ, ਬਹੁਤ ਵਧੀਆ। ਸਿੰਗਲ ਸਿੰਗਲ ਕਰਕੇ ਆਪਦੀ ਮਾਰਤਵਾਰ ਪਹੁੰਚ ਰਹੇ ਨੇ ਓਵਰ ਦੀ ਸਮਾਪਤੀ ਦੇ 43 ਰਨ ਹੁੰਦੇ ਹੋਏ। ਬਾਰਾਂ ਗੇਂਦਾਂ ਦੇ ਵਿੱਚ 17 ਰਨ ਚਾਹੀਦੇ ਨੇ ਇੱਕ ਸਾਰ ਕਲੱਬ ਨੂੰ। ਪ੍ਰੈਸ਼ਰ ਪੂਰਾ ਬਣਿਆ ਹੋਇਆ ਦੋਨਾਂ ਪਲੇਅਰਾਂ ਦੇ ਉੱਤੇ, ਦੀਪੂ ਜੀ ਬੋਲਿੰਗ ਤੇ। ਬਹੁਤ ਵਧੀਆ ਸਿੰਗਲ ਲੈਣ ਦੀ ਕੋਸ਼ਿਸ਼, ਸਿੰਗਲ ਦਿੱਤਾ ਇੱਕ ਰਨ ਪੂਰਾ ਕਰਦੇ ਹੋਏ ਆਪਦੀ ਟੀਮ ਦੇ ਲਈ। ਗੇਂਦ ਉੱਤੋਂ ਦੀ ਲੰਘਦੀ ਹੋਈ, ਬਹੁਤ ਬੋਲਾਂ ਦੇ ਵਿੱਚ ਇੱਕ ਰਨ ਲੱਗਾ ਦੀਪੂ ਜੀ ਨੂੰ। ਬਹੁਤ ਵਧੀਆ ਬੋਲਿੰਗ ਦਾ ਪ੍ਰਦਰਸ਼ਨ ਕਰਦੇ ਨੇ ਐਂਡ ਬੈਟਿੰਗ ਵੀ ਬਹੁਤ ਵਧੀਆ ਕੀਤੀ ਇਹਨਾਂ ਨੇ। ਦੀਪੂ ਜੀ ਵੱਲੋਂ ਬਹੁਤ ਵਧੀਆ ਵਿਕਟ ਕੀਤੀ, ਆਪਦੀ ਟੀਮ ਨੂੰ ਹੌਸਲਾ ਦਿੰਦੇ ਹੋਏ ਕਿ ਫਾਈਨਲ ਦੇ ਵਿੱਚ ਪਹੁੰਚ ਜਾਵਾਂਗੇ। ਇੱਕ ਸਰ ਕਲੱਬ ਦੀਆਂ ਟੀਮ ਦੀਆਂ ਉਮੀਦਾਂ ਘਟਦੀਆਂ ਹੋਈਆਂ। ਬਹੁਤ
एक रन आता है इस बॉल से, बहुत बढ़िया बॉलिंग लेग बाय था एक रन। बोलिया गेम अपील की कोशिश, अपील की थी बहुत बढ़िया रनिंग लैके आउट करने की कोशिश दीपू जी वालों। आवाज के चक दी तेन फील्डर मौजूद और अंपायर जा रहे हैं देखने वास्ते। शेर बहुत बढ़िया सिक्सर आंदा हुआ अपनी टीम को छह रन देते हुए हौसला बढ़ाते हुए अपनी टीम का 51 रन होते हुए। नौ रन चाहिए ने एक सर क्लब नो प्रेशर पूरा दोनों खिलाड़ियों के उत्ते। रवि बॉलिंग से अभी टीम हौसला दिते हुए छे बॉलों के फील्डिंग सैटिंग करते हुए नौ विकटा डिग दया हुई इस मैच दिया कारी दिया। सनी बैटिंग ते सनी उफ आंडा मैच पूरा इंटरेस्टिंग पांच बॉलों के नौ रन चाहिए ने। बल्ला घुमाया बॉल नहीं लगी बल्ले से बहुत बढ़िया बॉलिंग चार बॉलों के नौ रन जो कि टीम को जिताने की कोशिश कर रहे हैं। सनी जी मोनू जी अग
ਮੁੱਕੇ ਵਰਗੇ ਛੋੜ ਕੇ ਗਿਆ ਬਾਉਂਡਰੀ ਦੀ ਵੱਲ ਗਿਆ ਦੀ ਗੇਂਦ ਫਿਲਡਰ ਮੌਜੂਦ ਦੂਜਾ ਰਨ ਲਿੱਤਾ ਦੋ ਰਨ ਪੂਰੇ ਕਰਦੇ ਹੋਏ ਆਪਦੀ ਟੀਮ ਦੇ ਲਈ ਤੀਜਾ ਵੀ ਦੋ ਰਨ ਪਿੱਛੇ ਆਉਂਦੇ ਹੋਏ ਚਾਰ ਰਨ ਆਉਂਦੇ ਹੋਏ ਇਸ ਬੋਲ ਤੇ ਬਹੁਤ ਵਧੀਆ ਬੈਟਿੰਗ ਤਿੰਨ ਬੋਲਾਂ ਪੰਜ ਰਨ ਚਾਹੀਦੇ ਨੇ ਬਹੁਤ ਵਧੀਆ ਫਾਈਨਲ ਚ ਪਹੁੰਚਣ ਲਈ ਬਹੁਤ ਜਾਨ ਲਾਈ ਏਕ ਸਰ ਕਲੰਬ ਨੇ ਤਿੰਨ ਬੋਲਾਂ ਦੇ ਵਿੱਚ ਪੰਜ ਰਨ ਲਾਏ ਜਿੱਤਣ ਲਈ ਲਾਸਟ ਵਿਕਟ ਦੋ ਬੋਲਾਂ ਦੇ ਵਿੱਚ ਪੰਜ ਸਕੋਰ ਚਾਹੀਦੇ ਨੇ ਲਾਸਟ ਵਿਕਟ ਫਾਈਨਲ ਮੈਚ ਡੋਟ ਟੀਮ ਅਤੇ ਡਬਲਯੂ ਟੀਮ ਦੇ ਵਿਚਕਾਰ ਖੇਡਿਆ ਜਾਵੇਗਾ ਲੰਚ ਬ੍ਰੇਕ ਹੋ ਚੁੱਕੀ ਹੈ ਡਬਲਯੂ ਟੀਮ ਦੇ ਮੈਨ ਆਫ ਦਾ ਮੈਚ ਤਲਵਿੰਦਰ ਜੀ ਨੂੰ ਦਿੱਤਾ ਜਾਂਦਾ 21 ਸਕੋਰ ਤੇ ਆਊਟ ਅਤੇ ਦੋ ਵਿਕਟਾਂ ਹਾਸਲ ਕੀਤੀਆਂ ਇਹਨਾਂ ਨੇ ਮੈਚ ਦੇ ਵਿੱਚ ਮੈਨ ਆਫ ਦੀ ਮੈਚ ਡਬਲਯੂ ਟੀਮ ਦੇ ਤਲਵਿੰਦਰ ਜੀ ਨੂੰ ਬੇਨਤੀ ਆ ਕੇ ਲੈ ਜਾਣ ਸਨਮਾਨਿਤ ਕੀਤਾ ਜਾਂਦਾ ਤਲਵਿੰਦਰ ਜੀ ਨੂੰ ਡਬਲਯੂ ਟੀਮ ਦੇ ਤਲਵਿੰਦਰ ਜੀ ਮੈਨ ਆਫ ਦੀ ਮੈਚ ਟਰੋਫੀ ਲੈ ਜਾਣ ਡਬਲਯੂ ਟੀਮ ਦੇ ਤਲਵਿੰਦਰ ਜੀ ਨੂੰ ਮੈਨ ਆਫ ਦੀ ਮੈਚ ਟਰੋਫੀ ਲੈ ਜਾ ਆਪਾਂ ਵੇਖੋ ਆਇਆ ਕਾ ਤੁਸੀਂ ਲੈ ਹੀ ਦੇਣਾ
ਸਾਡੇ ਡਾਇਰੈਕਟਰ ਸਾਹਿਬ ਕੰਪਨੀ ਦੇ ਤਰੁਣ ਸਰ ਪਹੁੰਚ ਰਹੇ ਨੇ ਗਰਾਊਂਡ ਦੇ ਵਿੱਚ। ਕੰਪਨੀ ਦੇ ਡਾਇਰੈਕਟਰ ਸਾਹਿਬ ਤਰੁਣ ਜੀ ਗਰਾਊਂਡ ਦੇ ਵਿੱਚ ਪਹੁੰਚ ਰਹੇ ਨੇ, ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਹਿੰਦੇ ਹਾਂ ਜੋ ਕਿ ਆਪਦਾ ਕੀਮਤੀ ਸਮਾਂ ਕੱਢ ਕੇ ਸਾਡੇ ਟੂਰਨਾਮੈਂਟ ਦੇ ਵਿੱਚ ਹਾਜ਼ਰ ਹੋਏ। ਗੋਲਡ ਕੰਪਨੀ ਦੇ ਡਾਇਰੈਕਟਰ ਸਾਹਿਬ ਸਰ ਤਰੁਣ ਜੀ ਗਰਾਊਂਡ ਦੇ ਵਿੱਚ ਪਹੁੰਚ ਚੁੱਕੇ ਨੇ, ਬਹੁਤ ਬਹੁਤ ਧੰਨਵਾਦ ਆਖਦੇ ਇਹਨਾਂ ਦਾ ਆਪਦਾ ਕੀਮਤੀ ਸਮਾਂ ਕੱਢ ਕੇ ਗਰਾਊਂਡ ਦੇ ਵਿੱਚ ਹਾਜ਼ਰ ਹੋਏ। ਡਾਇਰੈਕਟਰ ਸਾਹਿਬ ਗੋਲਡ ਕੰਪਨੀ ਦੇ ਤਰੁਣ ਜੀ ਗਰਾਊਂਡ ਦੇ ਵਿੱਚ ਪਹੁੰਚ ਚੁੱਕੇ ਨੇ, ਬਹੁਤ ਬਹੁਤ ਧੰਨਵਾਦ ਆਖਦੇ ਹਾਂ ਇਹਨਾਂ ਦਾ ਜੋ ਕਿ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਟੂਰਨਾਮੈਂਟ ਦੇ ਵਿੱਚ ਹਾਜ਼ਰ ਹੋਏ ਨੇ। ਡਬਲਿਊ ਟੀਮ ਦੇ ਤਲਵਿੰਦਰ ਜੀ ਨੂੰ ਬੇਨਤੀ ਆਪਣਾ ਮੈਡਲ ਦਾ ਮੈਚ ਲੈ ਜਾਣ ਆਣ ਕੇ। ਡਬਲਿਊ ਟੀਮ ਦੇ ਤਲਵਿੰਦਰ ਜੀ ਮੈਡਲ ਦਾ ਮੈਚ ਆਣ ਕੇ ਸਟੇਜ ਤੇ ਲੈ ਜਾਣ। ਨਹੀਂ ਕਰਦਾ ਹਿੱਲਣ ਨੂੰ, ਨਹੀਂ ਆ ਲੈ ਚੱਲ ਗਏ ਉੱਥੇ ਤਾਰ ਜੀ। ਦੋ ਟੀਮ ਅਤੇ ਫਾਈਨਲ ਮੈਚ ਦੋ ਟੀਮ ਅਤੇ ਡਬਲਿਊ ਟੀਮ ਦੇ ਵਿਚਕਾਰ ਖੇਡਿਆ ਜਾਏਗਾ ਜੋ ਕਿ 12 ਓਵਰਾਂ ਦਾ ਮੈਚ ਹੋਵੇਗਾ। 12-12 ਓਵਰ ਦਾ ਮੈਚ ਖੇਡਿਆ ਜਾਏਗਾ ਫਾਈਨਲ ਦੋ ਟੀਮ ਅਤੇ ਡਬਲਿਊ ਦੀ ਟੀਮ ਵਿਚਕਾਰ। ਕੁਛ ਹੀ ਸਮੇਂ 'ਚ ਮੈਚ ਸ਼ੁਰੂ ਹੋਏਗਾ। ਡਬਲਿਊ ਟੀਮ ਦੇ ਪਲੇਅਰ ਤਲਵਿੰਦਰ ਨੂੰ ਬੇਨਤੀ ਹੈ ਆਪਣਾ ਮੈਨ ਆਫ ਦਾ ਮੈਚ ਆ ਕੇ ਲੈ ਜਾਣ। ਆਪਣੇ ਯੂਟਿਊਬ 'ਤੇ ਬੋਲਣ ਦੇ
दौड़ के सारे जीत गए
ਆਪਣਾ ਵੀਰ ਜਿੱਥੇ ਵੀ ਆਵਾਜ਼ ਸੁਣਦਾ ਹੋਵੇ ਸਾਊਂਡ ਕੋਲ ਪਹੁੰਚੇ, ਸਾਊਂਡ ਵਾਲਾ ਵੀਰ ਜਿੱਥੇ ਵੀ ਆਵਾਜ਼ ਸੁਣਦਾ ਹੋਵੇ ਸਾਊਂਡ ਕੋਲ ਪਹੁੰਚੇ। ਹੈਲੋ ਹੈਲੋ